ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਤੇ ਸਵਾਲ ਉੱਠਦੇ ਰਹਿੰਦੇ ਨੇ ਤੇ ਅੱਜ ਤੜਕੇ ਤਰਨ ਤਰਨ ਦੇ ਪਿੰਡ ਅੱਡਾ ਚਬਾਲ ਕੇ ਵੱਡੀ ਵਾਰਦਾਤ ਵਾਪਰ ਜਾਂਦੀ ਹੈ, ਜਿਸ ਮਗਰੋਂ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਧੁੰਨ ਵੀ ਉੱਥੇ ਪਹੁੰਚਦੇ ਨੇ। ਤੁਸੀਂ ਵੀ ਸੁਣੋ ਕੀ ਕਹਿਣਾ ਹੈ ਵਿਧਾਇਕ ਸਾਹਿਬ ਦਾ। ਜਾਮ ਸੀ, ਤੁਸੀਂ ਵੇਖ ਸਕਦੇ ਹੋ ਸਾਰੇ ਇਲਾਕੇ ਦਾ ਬੰਨ ਸੀ, ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕੀਤਾ ਬੜੀ ਜਿਹੜੀ ਅੱਤ ਨਿੰਦਣਯੋਗ ਜੇ ਕਹਿ ਲਈਏ। ਮੈਂ ਕਹਿੰਦਾ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਇਹ ਗੱਲਾਂ ਕਰਕੇ ਲੱਭਦਾ ਕੀ, ਕਿਉਂ ਤੁਸੀਂ ਲੋਕਾਂ ਦੇ ਘਰ ਜਾੜ ਰਹੇ ਹੋ? ਕਿ ਉਹ ਇਸ ਬੰਦੇ ਨੇ ਇਹੀ ਦੱਸ ਦੇਣ ਵੀ ਇਹਦਾ ਕਸੂਰ ਕੀ ਸੀ, ਇਹਨੇ ਕੋਈ ਕਿਸੇ ਦਾ ਕੋਈ ਨੁਕਸਾਨ ਕੀਤਾ? ਜੇ ਰਾਜਨੀਤੀ ਦੇ ਵਿੱਚ ਵੇਖੋ ਵਿਚਰਦੇ ਹਾਂ, ਅਸੀਂ ਵੀ ਵਿਚਰਦੇ ਹਾਂ, ਸਾਰੇ ਲੋਕ ਵਿਚਰਦੇ ਆ। ਇਹ ਲੋਕ ਆਪਣੀਆਂ ਜਿਹੜੀਆਂ ਦੁਸ਼ਮਣੀਆਂ ਪਾਲ ਕੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਅਜੇ ਸੱਚਾਈ ਬਾਹਰ ਆਊਗੀ ਕੀ ਆ, ਪਰ ਇਹ ਜਿਹੜੀ ਘਟਨਾ ਇਹਨੇ ਸਾਡੇ ਪੂਰੇ ਮਾਝੇ ਏਰੀਏ ਨੂੰ ਨਹਾ ਕੇ ਰੱਖ ਦਿੱਤਾ, ਬਹੁਤ ਮਾੜੀ ਘਟਨਾ। ਜਿਹੜੀ ਇਹ ਕੁਝ ਸਮੇਂ ਤੋਂ ਪਹਿਲਾਂ ਜਿਹੜੀਆਂ ਵਾ ਧਮਕੀਆਂ ਉਹਨਾਂ ਨੂੰ ਆਉਂਦੀਆਂ ਰਹੀਆਂ ਕੁਝ ਸਮੇਂ ਤੋਂ ਪਹਿਲਾਂ, ਹੁਣ ਮੇਰਾ ਖਿਆਲ ਹੁਣ ਆ ਮਤਲਬ ਜੇ 10 ਦਿਨ ਜਾਂ 20 ਦਿਨ ਜਾਂ ਮਹੀਨੇ ਪਹਿਲਾਂ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ। ਮੇਰੀ ਹੁਣੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ, ਪ੍ਰਸ਼ਾਸਨ ਤਾਂ ਸਵੇਰ ਦਾ ਹੀ ਲੱਗਾ ਹੋਇਆ, ਪਰ ਜਿਹੜਾ ਮੇਰੇ ਤੀਰ ਹੱਥਾਂ 'ਚੋਂ ਨਿਕਲ ਗਿਆ ਜਿਹੜਾ ਭਰਾ ਚਲੇ ਗਿਆ ਦੁਨੀਆ ਤੋਂ, ਉਹਨੇ ਤਾਂ ਕਿੱਥੋਂ ਵਾਪਸ ਆਉਣਾ? ਅੱਜ ਉਹਦੇ ਬੱਚਿਆਂ ਨੂੰ ਪੁੱਛ ਕੇ ਵੇਖੋ, ਮੈਂ ਅੰਦਰੋਂ ਜਾ ਕੇ ਆਇਆ, ਉਹਦੇ ਵਿਚਾਰੀ ਮਾਤਾ ਭਰਾ ਉਹਦਾ, ਉਹਨਾਂ ਨੂੰ ਪੁੱਛੋ ਮੇਰੇ ਵੀਰ ਇਹੋ ਜਿਹੇ। ਮੈਂ ਤਾਂ ਹੈਰਾਨ ਹਾਂ ਇਹਨਾਂ ਲੋਕਾਂ ਤੋਂ ਵੀ ਸਾਡੇ ਲੋਕ ਤੁਰ ਕਿਹੜੇ ਬੰਨੇ ਨੂੰ ਪਏ ਆ, ਇਹ ਕਿਹੜੀ ਕਿਹੜੀ ਗੱਲ ਜਿਹੜੀ ਤੁਸੀਂ ਨਿੱਤ ਮਾਵਾਂ ਦੇ ਪੁੱਤ ਮਾਰ ਰਹੇ ਹੋ, ਇਹਨਾਂ ਦਾ ਕਸੂਰ ਹੀ ਦੱਸ ਦਿਓ। ਸਰ ਲੱਗਦਾ ਨਹੀਂ ਜਿਹੜੇ ਬ੍ਰਦਰ ਜਿਹੜੇ ਵੇਖੋ ਤੁਸੀਂ ਸਾਰੇ, ਆਪਾਂ ਇੱਕ ਤੁਸੀਂ ਸਾਡੇ ਪਰਿਵਾਰ ਵਿੱਚੋਂ ਹੀ ਹੋ ਮੀਡੀਆ ਵਾਲੇ, ਜਿਹੜੇ ਬੈਡ ਅਨਸਰ ਹੈ, ਜਿਹੜੇ ਕ੍ਰਿਮੀਨਲ ਲੋਕ ਆ ਵੀਰੇ, ਉਹਨਾਂ ਦੇ ਦਿਮਾਗ 'ਚ ਜਿਹੜਾ ਜ਼ਹਿਰ ਭਰਿਆ ਉਹ ਨਹੀਂ ਨਿਕਲ ਰਿਹਾ, ਉਹ ਤਾਂ ਰਲ ਮਿਲ ਕੇ ਸਾਰੇ ਸਮਾਜ ਨੂੰ ਸਾਨੂੰ ਇਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ। ਜੇ ਮੈਂ ਕਹਿੰਦਾ ਵੀ ਜੇ ਪਿਸਤੌਲਾਂ ਉਹ ਲਿਆ ਰਹੇ ਆ, ਤੁਸੀਂ ਪਿਛਲੇ ਮਹੀਨੇ ਤੋਂ ਇੱਕ ਵੇਖੋ ਪੁਲਿਸ ਨੇ ਪਤਾ ਨਹੀਂ ਕਿੰਨੇ ਜਿਹੜੇ ਬੰਦੇ ਆ ਉਹਨਾਂ ਦਾ ਇਨਕਾਊਂਟਰ ਵੀ ਕੀਤਾ ਜਿਹੜੇ ਗਲਤ ਅਨਸਰ ਆ, ਉਹ ਫਿਰ ਵੀ ਨਹੀਂ ਬਾਜ਼ ਆ ਰਹੇ ਲੋਕ। ਪਰ MLA ਸਾਹਿਬ ਮੇਰਾ ਸਵਾਲ ਹੈ ਕਿ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੋਇਆ ਗੁੰਡਾਗਰਦੀ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਸਰਕਾਰ ਤੁਹਾਡੀ ਹੈ ਔਰ ਕਿਵੇਂ ਇਸ ਨੂੰ, ਕਿਉਂਕਿ ਸਰੇਆਮ ਮਾਰਿਆ ਗਿਆ ਲੋਕਾਂ 'ਚ ਸਾਰਾ ਲੋਕ ਕਤਲ ਹੋਇਆ। ਮੇਰੇ ਵੀਰ ਮੈਂ ਕਹਿੰਦਾ ਜੀ ਉਹ ਵੇਖੋ, ਇੱਕ ਸਾਡਾ ਤਾਂ ਆਪਣਾ ਭਰਾ ਸੀ, ਮੇਰਾ ਤਾਂ ਆਪਣਾ, ਮੇਰੀ ਜਿੰਦ ਜਾਨ ਸੀ ਸਾਡਾ, ਉਹ ਜਿਹੜਾ ਇਹ ਹੋ ਰਿਹਾ ਅੱਤ ਨਿੰਦਣਯੋਗ ਗੱਲ ਹੋਈ ਆ, ਜਿਹੜੀ ਸਰਕਾਰ ਦੀ ਗੱਲ ਆਪਾਂ ਕਰਦੇ ਹਾਂ, ਸਰਕਾਰ ਨੇ ਕਿੰਨੇ ਦਿਨਾਂ ਤੋਂ ਤੁਸੀਂ ਵੇਖਦੇ ਹੋ ਇਹਨਾਂ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਵਿਰੁੱਧ ਮੁਹਿੰਮ ਚੱਲ ਰਹੀ ਆ, ਪਰ ਉਹ ਕਿਤੇ ਨਾ ਕਿਤੇ ਜਿਹੜੇ ਮਾੜੇ ਅਨਸਰ ਉਹ ਅਜੇ ਵੀ ਬਾਜ਼ ਨਹੀਂ ਆ ਰਹੇ। ਸਰ ਜੇਕਰ ਅਸੀਂ ਗੱਲ ਕਰੀਏ, ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਕਿਹਾ ਗਿਆ ਕਿ ਮੈਨੂੰ ਸਿਕਿਉਰਟੀ ਦਿੱਤੀ ਜਾਵੇ, ਕਿਉਂਕਿ ਫਰੋਤੀਆਂ ਜਿਹੜੀਆਂ ਲਗਾਤਾਰ ਮੰਗੀਆਂ ਜਾ ਰਹੀਆਂ, ਲੱਗਦਾ ਕਿ ਪੁਲਿਸ ਵੱਲੋਂ ਸਿਕਿਉਰਟੀ ਦਿੱਤੀ ਜਾਂਦੀ ਤਾਂ ਅੱਜ ਇਹ ਜਿਹੜਾ ਕੰਮ ਉਹ ਨਹੀਂ ਹੋਣਾ ਸੀ। ਇਹ 'ਚ ਨੋ ਡਾਊਟ ਵੀਰੇ ਜੇ ਸਿਕਿਉਰਟੀ, ਪਰ ਮੈਨੂੰ ਜੋ ਮੇਰੇ ਕੋਲ ਇਹ ਜਾਣਕਾਰੀ ਨਹੀਂ ਹੈਗੀ ਵੀ ਮੇਰਾ ਤਾਂ ਭਰਾ ਸੀ ਮੇਰੇ ਨਾਲ, ਸਿਕਿਉਰਟੀ ਬਾਰੇ ਨਾ ਤਾਂ ਮੈਨੂੰ ਉਹਨੇ ਜ਼ਿਕਰ ਕੀਤਾ, ਜਾਂ ਤਾਂ ਮੈਨੂੰ ਵੀ ਪਤਾ ਹੁੰਦਾ ਸੀ ਸਰਕਾਰ ਨੂੰ ਕਹਿੰਦੇ, ਪਰ ਪੁਲਿਸ ਨੂੰ ਤਾਂ ਸ਼ਿਕਾਇਤ ਦਿੱਤੀ ਸੀ ਥ੍ਰੈਟ ਹੋਇਆ, ਹੁਣ ਕੰਪਲੇਂਟ ਜੇ ਤਾਂ ਮੇਰੇ ਕੰਪਲੇਂਟ ਦਿੱਤੀ ਸੀ, ਫਿਰ ਪੁਲਿਸ ਨੂੰ ਉਹਨਾਂ ਨੂੰ ਸਿਕਿਉਰਟੀ ਦੇਣੀ ਚਾਹੀਦੀ ਸੀ।
ਦੇਣੀ ਚਾਹੀਦੀ ਸੀ ਕਿਉਂ ਨਹੀਂ ਲੱਗਦਾ ਕਿ ਨਿਗਾਲੀ ਕੀਤੀ ਗਈ ਹੈ ਲੱਗਦਾ ਨਿਗਾਲੀ ਕੀਤੀ ਗਈ ਹੈ ਜੇ ਤਾਂ ਉਹਨਾਂ ਨੇ ਕੰਪਲੇਂਟ ਕੀਤੀ ਫਿਰ ਬਿਲਕੁਲ ਨਿਗਾਲੀ ਹੈ ਜੀ ਹੁਣ ਕੰਪਲੇਂਟ ਬਾਰੇ ਮੈਨੂੰ ਜਾਣਕਾਰੀ ਨਹੀਂ ਲੱਗਦਾ ਕਿ ਜਿਹੜੇ ਅਫਸਰ ਨੂੰ ਸ਼ਿਕਾਇਤ ਦਿੱਤੀ ਸੀ ਜੇ ਉਹ ਕਾਰਵਾਈ ਕਰਦੇ ਤੇ ਘਟਨਾ ਨਹੀਂ ਵਾਪਰਨੀ ਜੇ ਹੁਣ ਉਹਦੇ ਅਫਸਰ ਤੋਂ ਕਾਰਵਾਈ ਹੋਵੇਗੀ ਜਿਹਨੂੰ ਸ਼ਿਕਾਇਤ ਕੀਤੀ ਬਿਲਕੁਲ ਜੀ ਕਾਰਵਾਈ ਕਿਉਂ ਨਹੀਂ ਜੇ ਤਾਂ ਰਿਟਨ 'ਚ ਸ਼ਿਕਾਇਤ ਅਸੀਂ ਕੀਤੀ ਮੈਂ ਹੁਣੇ ਮੋਨੂੰ ਵੀ ਉੱਥੇ ਖੜਾ ਬਟ ਮੈਨੂੰ ਤਾਂ ਅਜੇ ਪਰਸੋਂ ਕਾਲ ਕੀਤੀ ਜੀ ਮੇਰੇ ਨਾਲ ਪਰਸੋਂ ਗੱਲ ਹੋਈ ਆ ਜੀ ਪਰਸੋਂ ਕਿਸੇ ਕੰਮ ਲਈ ਮੈਨੂੰ ਕਹਿੰਦਾ ਮਿਲਣਾ ਭਾਜੀ ਆਪਾਂ ਮੈਂ ਕਿਹਾ ਸੋਨੂੰ ਜੀ ਆ ਜਾਓ ਪਰ ਮੈਨੂੰ ਮੇਰੇ ਨਾਲ ਉਹਨੇ ਕੋਈ ਇਹੋ ਜਿਹੀ ਗੱਲ ਸਾਂਝੀ ਨਹੀਂ ਕੀਤੀ ਨੁਕਸਾਨ ਹੈ ਸ਼ਖਸ ਦਾ ਜਿਹੜਾ ਕਿ ਆਲਰੇਡੀ ਬਹੁਤ ਸਾਰੇ ਕੰਮ ਕਰ ਰਿਹਾ ਸੀ ਕਿਵੇਂ ਜੀ ਇਸ ਸ਼ਖਸ ਦਾ ਜਾਣਾ ਕਿੰਨਾ ਵੱਡਾ ਘਾਟਾ ਜੀ ਕਿੰਨਾ ਘਾਟਾ ਹੈ ਮੇਰੇ ਵੀਰ ਤੁਸੀਂ ਇੱਕ ਸੰਸਥਾ ਮਾਰਤੀ ਉਹਨਾਂ ਨੇ ਸਾਹਮਣੇ ਦੇਖੀ ਸੋਨੂੰ ਚੀਮਾ ਨਹੀਂ ਮਾਰਿਆ ਕਿ ਸੰਸਥਾ ਮਾਰੀ ਆ ਤੁਸੀਂ ਚਬਾਲ ਦੇ ਲੋਕਾਂ ਨੂੰ ਪੁੱਛੋ ਉਹ ਲੋਕਾਂ ਦਾ ਮਸੀਹਾ ਸੀ ਲੋਕਾਂ ਨੂੰ ਉਹਦੇ ਪਿੰਡ ਵਿੱਚ ਜਾ ਕੇ ਤੁਸੀਂ ਵੇਖੋ ਜਿਹੜੇ ਗਰੀਬ ਲੋਕ ਇਸ ਦੁਨੀਆਂ ਤੋਂ ਚਲ ਜਾਂਦੇ ਸੀ ਬਾਲਣ ਵੀ ਸੋਨੂੰ ਚੀਮਾ ਲੈ ਕੇ ਦਿੰਦਾ ਸੀ ਤਾਂ ਹੋਰ ਕਿਹੜੇ ਕਿਹੜੇ ਕੰਮ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਸੀ ਪਿੰਡ ਦੇ ਵਿੱਚ ਹੋਰ ਕਿਹੜੇ ਕੰਮ ਉਹ ਮੇਰੇ ਵੀਰ ਸਮਾਜ ਦਾ ਬ੍ਰਦਰ ਜਿਹੜਾ ਮੈਂ ਕਹਿੰਦਾ ਕਿ ਮਸੀਹਾ ਮਾਰਤਾ ਨਾ ਲੋਕਾਂ ਪਰ ਜਿਹੜੇ ਦੋ ਬੰਦੇ ਆ ਰਹੇ ਆ ਸੀਸੀਟੀਵੀ ਨਜ਼ਰ ਸੀਸੀਟੀਵੀ ਵਿੱਚ ਨਜ਼ਰ ਆ ਰਿਹਾ ਕਿ ਦੋ ਬੰਦੇ ਆਏ ਨੇ ਇੱਕ ਨੇ ਪਿਸਤੌਲ ਨਹੀਂ ਬ੍ਰਦਰ ਮੈਂ ਵੇਖੋ ਮੈਨੂੰ ਤਾਂ ਅਜੇ ਤੱਕ ਵੀਰੇ ਆਪ ਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਸਵੇਰ ਦਾ ਉੱਠ ਕੇ ਪਹਿਲਾਂ ਉਸ ਤਰ੍ਹਾਂ ਭੱਜੇ ਮੈਂ ਉਧਰ ਜਾ ਕੇ ਮੈਂ ਹੁਣ ਇੱਥੇ ਆਇਆ ਮੈਂ ਹੁਣ ਬਾਹਰ ਹੋ ਗਏ ਪ੍ਰਸ਼ਾਸਨ ਨਾਲ ਗੱਲ ਕਰਦੇ ਮੇਰੀ ਹੁਣ ਇਸ ਸੰਬੰਧੀ ਕਿਸੇ ਨਾਲ ਕੋਈ ਗੱਲ ਨਹੀਂ ਜਾਰੀ ਕੀਤਾ ਗਿਆ ਉਹਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੇਰੇ ਵੀਰ ਮੈਂ ਕਹਿੰਦਾ ਜੀ ਇਹਨਾਂ ਬੰਦਿਆਂ ਦਾ ਕੋਈ ਲਿਹਾਜ਼ ਨਹੀਂ ਕਰਨਾ ਚਾਹੀਦਾ ਜੀ ਜਿਹੜੇ ਇਹੋ ਜਿਹੇ ਗਲਤ ਅਨਸਰ ਆ ਉਹ ਕਿਸੇ ਦੇ ਵੀ ਨਹੀਂ ਕੁਝ ਲੱਗਦੇ ਉਹ ਨਾ ਤਾਂ ਤੁਸੀਂ ਉਹ ਸਾਡੇ ਕਿਹੜੇ ਕੁਝ ਲੱਗਦੇ ਜੀ ਜਾਂ ਕਿਸੇ ਉਹਨਾਂ ਨੇ ਸਰਕਾਰ ਦਾ ਜਾਂ ਕਿਸੇ ਦਾ ਕੋਈ ਲਿਹਾਜ਼ ਕਰਨਾ ਜੀ ਐਮਐਲਏ ਸਾਹਿਬ ਜਿਵੇਂ ਦਿਨ ਦਿਹਾੜੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਲੱਗਦਾ ਨਹੀਂ ਕਿ ਪੁਲਿਸ ਦੀ ਕਾਰਵਾਈ ਤੇ ਵੀ ਕਿਤੇ ਨਾ ਕਿਤੇ ਕਾਨੂੰਨ ਤੇ ਸਵਾਲ ਜਿਹੜੇ ਉੱਠਦੇ ਖੜੇ ਹੁੰਦੇ ਮੇਰੇ ਵੀਰ ਕਈ ਵਾਰੀ ਵੇਖੋ ਮੈਂ ਕਿਉਂਕਿ ਮੇਰਾ ਇਹ ਵੀ ਭਰਾ ਸੀ ਜੀ ਆਮ ਲੈ ਮੈਂ ਜੇ ਮੇਰੇ ਕੋਲ ਸ਼ਬਦ ਕਈ ਵਾਰੀ ਆਪਾਂ ਪੁਲਿਸ ਨੂੰ ਵੀ ਜੇ ਆਪਾਂ ਡੀਮੋਰਲਾਈਜ਼ ਬੰਨੇ ਕਰਨ ਵਾਲੇ ਤੁਰ ਪਈਏ ਤਾਂ ਉਹ ਵੀ ਗੱਲ ਇੰਨੀ ਵਧੀਆ ਨਹੀਂ ਹੁੰਦੀ ਪਰ ਮੈਨੂੰ ਇਹ ਗੱਲ ਦੱਸੋ ਇਹਦਾ ਹੱਲ ਕੀ ਹੈ ਜੀ ਮੈਂ ਐਮਐਲਏ ਮੰਨ ਲਓ ਮੈਂ ਅੱਜ ਹੀ ਸੁਣੋ ਮੈਂ ਅੱਜ ਆਪਣੇ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਕਿਹਾ ਜੀ ਮੈਂ ਘਰੋਂ ਜਦੋਂ ਨਿਕਲਦਾ ਮੈਂ ਇਕੱਲਾ ਨਿਕਲਦਾ ਇਕੱਲਾ ਮੈਂ ਤੁਰ ਪੈਂਦਾ ਮੈਨੂੰ ਉੱਥੇ ਕੋਈ ਦੋ ਗੋਲੀਆਂ ਮਾਰ ਜੂ ਤਾਂ ਕੀ ਕਰੂਗਾ ਜੀ ਕੋਈ ਮੇਰੇ ਨਾਲ ਗਨਮੈਨ ਮੈਨੂੰ ਪੰਜਾਬ ਪੁਲਿਸ ਨੇ ਸਿਕਿਉਰਿਟੀ ਦਿੱਤੀ ਹੋਈ ਆ ਕਈ ਵਾਰੀ ਮੈਂ ਅਸੀਂ ਕੀ ਸੋਚਦੇ ਹਾਂ ਅਸੀਂ ਸੋਚਦੇ ਹਾਂ ਯਾਰ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਆ ਸਾਡੇ ਦਿਮਾਗ 'ਚ ਤਾਂ ਕੋਈ ਗੱਲ ਹੁੰਦੀ ਨਹੀਂ ਜਿਹੜਾ ਰਾਜਨੀਤਿਕ ਤੌਰ 'ਤੇ ਬੰਦਾ ਵਿਚਰਦਾ ਵਾ ਰਾਜਨੀਤਿਕ ਤੌਰ 'ਤੇ ਜਦੋਂ ਲੋਕ ਉਹਨਾਂ ਨੂੰ ਕੰਮਾਂ ਨੂੰ ਆਉਂਦੇ ਆ ਦੁਸ਼ਮਣੀਆਂ ਕਈ ਵਾਰੀ ਲੋਕਾਂ ਦੀਆਂ ਆਪਣੀਆਂ ਹੁੰਦੀਆਂ ਉਹ ਸਿਰ ਮੁੜ ਕੇ ਸੋਨੂੰ ਚੀਮੇ ਵਰਗੇ ਜਾਂ ਸਾਡੇ ਵਰਗੇ ਲੋਕਾਂ ਦੇ ਸਿਰ ਮੜਦੇ ਆ ਅਸਲ 'ਚ ਰੀਜਨ ਦਾ ਕੀ ਇਹੀ ਆ ਨਾ ਜੀ ਐਮਐਲਏ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਆਮ ਤੁਸੀਂ ਇੱਕ ਤਾਂ ਉਹ ਖਾਸ ਬੰਦਾ ਸੀ ਤੁਹਾਡੇ ਨਜ਼ਦੀਕੀ ਸੀ ਤੁਹਾਡੇ ਬ੍ਰਦਰ ਸੀ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਊਗਾ ਮੇਰੇ ਵੀਰ ਆਮ ਜਨਤਾ ਇਹ ਵੀ ਵਿਚਾਰਾ ਆਮ ਹੀ ਇਹਨੂੰ ਕਿਹੜਾ ਬੜਾ ਦੂਜਾ ਮਾਰਾ ਇਹ ਵੀ ਤਾਂ ਆਮ ਸੀ ਸਾਰੇ ਲੋਕ ਆਮ ਹੀ ਅਸੀਂ ਵੀ ਤਾਂ ਆਮ ਹੀ ਆ ਬ੍ਰਦਰ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਇਹ ਜਾਂ ਤਾਂ ਵੇਖੋ 15-20 ਦਿਨ ਤੋਂ ਮਹੀਨੇ ਤੋਂ ਇੱਕ ਮੁਹਿੰਮ ਚੱਲ ਰਹੀ ਹੈ ਇਹਨਾਂ ਦੇ ਵਿਰੁੱਧ ਪ੍ਰਸ਼ਾਸਨ ਪੁਲਿਸ ਰੋਜ਼ ਕੋਈ ਨਾ ਕੋਈ ਕਰ ਰਹੀ ਹੈ ਬਟ ਜਿਹੜੇ ਮੈਂ ਤਾਂ ਕਹਿ ਰਿਹਾ ਵੀ ਜਿਹੜੇ ਲੋਕਾਂ ਦੇ ਮਨਾਂ 'ਚ ਜ਼ਹਿਰ ਪੈ ਰਹੇ ਜਿਹੜੇ ਬੈਡ ਅਨਸਰ ਆ ਉਹ ਨਹੀਂ ਬਾਜ਼ ਆ ਰਹੇ ਅਤੇ ਉਹਨਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਜਿੱਥੇ ਪ੍ਰਸ਼ਾਸਨ ਨੂੰ ਲੜਾਈ ਲੜਨੀ ਪਊਗੀ ਸਮਾਜ ਨੂੰ ਵੀ ਸਾਨੂੰ ਉਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਸਾਨੂੰ ਲੜਨਾ ਪਊਗਾ ਜੀ ਉਹਨਾਂ ਵਿਰੁੱਧ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਕਰੂੰਗਾ ਜੀ ਮੈਂ ਕਿਉਂ ਨਹੀਂ ਕਰੂੰਗਾ ਜੀ ਕੱਲ੍ਹ ਨੂੰ ਸਾਨੂੰ ਵੀ ਕੋਈ ਮਾਰੂਗਾ ਜੀ ਸਾਡਾ ਕੋਈ ਲਿਹਾਜ਼ ਕਰੂਗਾ ਜੀ ਕਿਉਂ ਨਹੀਂ ਕਰੂੰਗਾ ਜੀ